10:52 ਦਾ ਸਮਾਂ ਮੈਲਬੌਰਨ ਸ਼ਹਿਰ ਦੇ ਸਮੇਂ ਦੇ ਅਨੁਸਾਰ ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਗਿਆ ਜੀ। 97.4 FM ਦੇ ਉੱਤੇ ਤੁਸੀਂ ਸਤਿਵਾਰੀ ਸਭਾ ਸੁਣ ਰਹੇ ਹੋ। ਮੈਂ ਗੁਰਤੇਜ ਸਿੰਘ ਤੁਹਾਡੇ ਲਈ ਸਤਿਵਾਰੀ ਸਭਾ ਪੇਸ਼ ਕਰ ਰਿਹਾ। ਨਾਲ ਨੇ ਮੇਰੇ ਸਾਥੀ ਹੋਸਟ ਜਤਿੰਦਰ ਸਿੰਘ ਅਤੇ ਮਨਦੀਪ ਸਿੰਘ। ਅਸੀਂ ਹੁਣ ਗੱਲਬਾਤ ਕਰਦੇ ਹਾਂ ਜੀ ਜਸਪ੍ਰੀਤ ਸਿੰਘ ਸਿਡਨੀ ਵਾਸੀ ਹੋਰਾਂ ਦੇ ਨਾਲ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਸਾਡਾ ਜਿਹੜਾ ਵਿਸ਼ਾ ਹੈ ਗੁਰਦੁਆਰਾ ਸਾਹਿਬ ਹੋਸਟਲ 'ਚ ਜੋ ਲੰਗਰ ਦੀ ਮਰਿਆਦਾ ਨੂੰ ਲੈ ਕੇ ਮਸਲਾ ਚੱਲ ਰਿਹਾ, ਜੋ ਮੁੱਦਾ ਚੱਲ ਰਿਹਾ ਹੈ, ਉਹ ਅਜੇ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਕਾਰਨ ਇਹ ਕਿ ਪ੍ਰਬੰਧਕ ਆਪਣੀ ਜਿਹੜੀ ਗੱਲ ਦੇ ਉੱਤੇ ਵਜੈਦੇ ਆ ਕਿ ਅਸੀਂ ਨਾ ਤਾਂ ਕੋਈ ਬੈਠ ਕੇ ਗੱਲ ਕਰਨੀ ਆ ਅਤੇ ਨਾ ਹੀ ਲੰਗਰ ਦੀ ਮਰਿਆਦਾ ਜਿਹੜੀ ਬਹਾਲ ਕਰਾਉਣੀ। ਪਿਛਲੇ ਹਫ਼ਤੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਜੋ ਨੌਜਵਾਨਾਂ ਜੋ ਸੰਘਰਸ਼ ਕਰ ਰਹੇ ਨੇ ਕਿ ਇਹਨਾਂ ਤੋਂ ਪ੍ਰੋਟੈਸਟ ਕਰਨ ਦਾ ਵੀ ਇੱਕ ਤਰ੍ਹਾਂ ਹੱਕ ਖੋਹ ਲਿਆ ਸੀ ਕਿ ਤੁਸੀਂ ਆਪਣਾ ਉੱਥੇ ਰੋਸ ਵੀ ਜ਼ਾਹਰ ਨਹੀਂ ਕਰ ਸਕਦੇ। ਇਹ ਡੈਮੋਕ੍ਰੇਟਿਕ ਮੁਲਕ ਆ ਜਾਂ ਇਹਨਾਂ ਪਾ ਕਿ ਲੋਕਤੰਤਰ ਦਾ ਇੱਥੇ ਜਿਹੜਾ ਸੰਦ ਆ ਉਹ ਸਾਰੇ ਵਰਤਣ ਦੇ ਲਈ ਪੂਰੀ ਖੁੱਲ੍ਹ ਆ, ਪਰ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ। ਆਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਜਸਪ੍ਰੀਤ ਸਿੰਘ ਹੋਰਾਂ ਦੇ ਨਾਲ। ਜਸਪ੍ਰੀਤ ਸਿੰਘ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਗਏ ਨੇ। ਜਸਪ੍ਰੀਤ ਸਿੰਘ ਜੀ ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜੀ ਜਸਪ੍ਰੀਤ ਸਿੰਘ ਜੀ ਕੀ ਹਾਲ ਚਾਲ ਹੈ ਜੀ? ਬਹੁਤ ਚੜ੍ਹਦੀ ਕਲਾ ਜੀ, ਵਧੀਆ, ਬਹੁਤ ਵਧੀਆ ਜੀ, ਤੁਸੀਂ ਸੁਣਾਓ? ਸੋ ਤੁਸੀਂ ਸਿੱਖ ਸੰਗਤ ਨੂੰ ਅਪਡੇਟ ਕਰੋਗੇ ਥੋੜ੍ਹਾ ਜਿਹਾ ਕਿ ਕਿਸ ਤਰ੍ਹਾਂ ਦਾ ਜਿਹੜਾ ਹੁਣ ਤੁਹਾਡਾ ਸੰਘਰਸ਼ ਚੱਲ ਰਿਹਾ ਲੰਗਰ ਨੂੰ ਲੈ ਕੇ, ਕਿੱਥੇ ਤੱਕ ਪਹੁੰਚਿਆ ਤੇ ਹੁਣ ਦੀ ਜਿਹੜੀ ਉਹਦੀ ਸਥਿਤੀ ਕੀ ਹੈ ਜੀ? ਹਾਂਜੀ, ਲੰਗਰ ਦਾ ਜੋ ਸੰਘਰਸ਼ ਚੱਲ ਰਿਹਾ ਸੀ ਜੀ, ਉਹ ਮਤਲਬ ਉਹ ਇੱਥੇ ਆ ਕੇ ਮਤਲਬ ਇੱਕ ਤਰ੍ਹਾਂ ਨਾਲ ਕਮੇਟੀ ਨੇ ਉਹਨੂੰ ਹੋਲਡ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਤਾਂ ਸਿਕਿਉਰਿਟੀ ਵਗੈਰਾ ਲਾਈ ਸੀ, ਪਰ ਹੁਣ ਇੱਕ ਮਤਲਬ ਇਸ ਤੋਂ ਬਹੁਤ ਜ਼ਿਆਦਾ ਸੀਰੀਅਸ ਗੱਲ ਜੋ ਉਹਨਾਂ ਨੇ ਕਰ ਦਿੱਤੀ ਹੈ, ਹਾਂਜੀ, ਉਹ ਇਹ ਹੈ ਕਿ ਉਹ ਇਸ ਗੱਲ ਤੋਂ ਹੀ ਮੁਨਕਰ ਹੋ ਗਏ ਨੇ ਕਿ ਗੁਰਦੁਆਰਾ ਸਾਹਿਬ ਹੈ। ਅੱਛਾ ਜੀ, ਮਤਲਬ ਮਹਾਰਾਜ ਦੇ ਸਰੂਪ ਉੱਥੇ ਸੁਸ਼ੋਭਿਤ ਨੇ, ਆਪਣੇ ਨਿਸ਼ਾਨ ਸਾਹਿਬ ਲੱਗਿਆ ਹੋਇਆ, ਪਰ ਜੋ ਉੱਥੇ ਬਿਲਡਿੰਗ ਤੇ ਸਾਈਨ ਵਗੈਰਾ ਸੀ ਉਹ ਸਾਰੇ ਹਟਾ ਦਿੱਤੇ ਗਏ, ਤੇ ਇਨ ਪਬਲਿਕ ਵੀ ਉੱਥੇ ਦੇ ਜੋ ਪ੍ਰਬੰਧਕ ਹੈ ਜੀ ਬਾਬਾ ਸਿੰਘ ਜਗਦੇਵ, ਉਹਨੇ ਪਬਲਿਕਲੀ ਵੀ ਰੇਡੀਓ ਦੇ ਉੱਪਰ, ਇੱਕ ਇੱਥੇ ਸਿਡਨੀ ਦੇ ਵਿੱਚ ਚੈਨਲ ਆ ਜੀ ਚੱਲ ਆ ਜੋ, ਉਸ ਦੇ ਉੱਪਰ ਵੀ ਤੇ ਪੁਲਿਸ ਕੋਲੇ ਵੀ ਇਹ ਗੱਲ ਆਖੀ ਹੈ ਕਿ ਇਹ ਗੁਰਦੁਆਰਾ ਸਾਹਿਬ ਨਹੀਂ ਹੈ ਜੀ, ਇਹ ਇੱਕ ਕਮਿਊਨਿਟੀ ਸੈਂਟਰ ਹੈ, ਜਾਂ ਹੁਣ ਜੋ ਲੇਟੈਸਟ ਉਹਨੇ ਗੱਲ ਕਹੀ ਹੈ ਕਿ ਇੱਕ ਪ੍ਰੇਅਰ ਸੈਂਟਰ ਹੈ ਜੀ, ਮਤਲਬ ਉਹ ਸੇਮ ਮਤਲਬ ਇੱਕ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਮਤਲਬ ਖੇਲਣ ਵਾਲੀ ਗੱਲ ਹੈ ਜੀ, ਕਿਉਂਕਿ 20-25 ਸਾਲ ਤੋਂ ਜਿਸ ਦਿਨ ਦਾ ਵੀ ਇਮਾਰਤ ਸਥਾਪਿਤ ਹੋਈ ਹੈ ਉਹ ਇੱਕ ਗੁਰਦੁਆਰਾ ਸਾਹਿਬ ਦੇ ਵਜੋਂ ਹੀ ਮਤਲਬ ਸੰਗਤ ਉੱਥੇ ਜਾਂਦੀ ਰਹੀ ਹੈ ਜਿੱਥੇ ਗੁਰੂ ਸਾਹਿਬ ਸੁਸ਼ੋਭਿਤ ਹੋਣ ਜੀ, ਤੇ ਜੋ ਸੰਗਤਾਂ ਨੇ ਸੇਵਾ ਕੀਤੀ ਉੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਖਾਤਰ ਜਾਂ ਜਗ੍ਹਾ ਦੀ ਖਾਤਰ, ਉਹ ਵੀ ਇੱਕ ਗੁਰਦੁਆਰਾ ਸਾਹਿਬ ਜਾਣ ਕੇ ਹੀ ਮਤਲਬ ਸੇਵਾ ਕੀਤੀ ਗਈ ਸੀ, ਔਰ ਬਕਾਇਦਾ ਉਸ ਦੀਆਂ ਜੋ ਰਸੀਦਸ ਨੇ ਡੋਨੇਸ਼ਨ ਦੀਆਂ ਉਹ ਮਤਲਬ ਸੰਗਤ ਨੂੰ ਦਿੱਤੀਆਂ ਗਈਆਂ ਨੇ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਲਈ ਤੁਸੀਂ ਜਿਹੜਾ ਮਤਲਬ ਸੇਵਾ ਕੀਤੀ ਹੈ ਜੀ, ਔਰ ਹੁਣ ਇਹ 20-25 ਸਾਲ ਉਸ ਤੋਂ ਬਾਅਦ ਮਤਲਬ ਉਸ ਇੱਕ ਅਦਾਰੇ ਦੇ ਉੱਪਰ ਕਬਜ਼ਾ ਸਿੱਧਾ ਕਰ ਲਿਆ ਗਿਆ ਬਈ ਇਹਨਾਂ ਵੱਲੋਂ ਜੀ, ਕਿ ਇਹ ਸਾਡੀ ਇੱਕ ਪ੍ਰਾਈਵੇਟ ਪ੍ਰੋਪਰਟੀ ਹੈ ਜਿਸ ਦੇ ਵਿੱਚ ਅਸੀਂ ਸਾਡੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਆ ਸਕਦੇ ਆ ਜੀ, ਤੇ ਬਾਕੀ ਹੋਰ ਜਿਸ ਨੂੰ ਅਸੀਂ ਚਾਹਾਂਗੇ ਆਪਦੀ ਮਰਜ਼ੀ ਦੇ ਨਾਲ ਅੰਦਰ ਵੜਨ ਦੇਵਾਂਗੇ, ਨਹੀਂ ਤੁਸੀਂ ਨਾ ਆਓ ਜੀ। ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਕਾਫੀ ਸਮੇਂ ਤੋਂ ਸੰਘਰਸ਼ ਕਰਨ ਲੱਗੇ ਹੋਏ ਹੋ, ਤੁਸੀਂ ਮੀਡੀਆ ਦੇ ਵਿੱਚ ਵੀ ਜਾ ਰਹੇ ਹੋ, ਤੁਸੀਂ ਸੰਗਤਾਂ ਕੋਲ ਵੀ ਜਾ ਰਹੇ ਹੋ, ਸੋ ਇੰਨੇ ਸਮੇਂ ਨੂੰ ਕੰਟੀਨਿਊ ਰੱਖਣਾ ਕਾਫੀ ਜ਼ਿਆਦਾ ਔਖਾ ਹੁੰਦਾ ਕਿਉਂਕਿ ਤੁਸੀਂ ਸਾਰੇ ਕੰਮਾਂ ਕਾਰਾਂ ਵਾਲੇ ਹੋ। ਕੀ ਉਹਨਾਂ ਨੇ ਇਸ ਜਿਹੜਾ ਤੁਹਾਡਾ ਸੰਘਰਸ਼ ਚੱਲ ਰਿਹਾ ਹੈ ਲੰਗਰ ਦੀ ਮਰਿਆਦਾ ਨੂੰ ਲੈ ਕੇ, ਸੋ ਉਹਨਾਂ ਨੇ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਿੱਛੇ ਸਿੱਟਣ ਦੀ ਵੀ ਕੋਸ਼ਿਸ਼ ਕੀਤੀ ਆ? ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਿਹਾ ਸੀ ਕਿ ਕੁਝ ਕੁ ਨੌਜਵਾਨਾਂ ਦੇ ਵੱਲੋਂ ਟਿੱਪਣੀ ਵੀ ਕੀਤੀ ਜਾ ਰਹੀਆਂ ਸੀ ਕਿ ਉਹਨਾਂ ਦੇ ਵੱਲੋਂ ਅੱਜ ਜਿਹੜਾ ਤੁਹਾਡਾ ਪ੍ਰੋਟੈਸਟ ਆ ਉਸ ਨੂੰ ਲੈ ਕੇ ਉਹਨਾਂ ਨੇ ਪਹਿਲਾਂ ਹੀ ਉੱਥੇ ਕੋਈ ਪ੍ਰੋਗਰਾਮ ਰੱਖ ਦਿੱਤਾ, ਸੋ ਉਹ ਪ੍ਰੋਗਰਾਮ ਉਸ ਤੋਂ ਬਾਅਦ ਕੈਂਸਲ ਵੀ ਹੋ ਗਿਆ, ਅਤੇ ਇਹ ਸਾਰੀ ਜਿਹੜੀ ਉਹਨਾਂ ਦੀ ਰਣਨੀਤੀ ਰਹੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ ਬਿਲਕੁਲ, ਉਹ ਮਤਲਬ ਜੋ ਉੱਥੇ ਦਾ ਜੀ ਇੱਕ ਖਾਸ ਪ੍ਰਬੰਧਕ ਹੈ ਜਿਹਦਾ ਨਾਮ ਦੁਬਾਰਾ ਅਸੀਂ ਮੀਡੀਆ ਦੇ ਵਿੱਚ ਵੀ ਲੈ ਰਹੇ ਹਾਂ, ਬਾਬਾ ਸਿੰਘ ਜਗਦੇਵ ਜੀ, ਜਿਸ ਦੇ ਕੋਲੇ ਆਰਡਰ ਆਫ ਆਸਟ੍ਰੇਲੀਆ ਦਾ ਮਤਲਬ ਅਵਾਰਡ ਵੀ ਹੈ ਜੋ ਗਵਰਨਰ ਜਨਰਲ ਆਫਿਸ ਤੋਂ ਮਿਲਿਆ ਹੋਇਆ ਉਸਨੂੰ। ਹਾਂਜੀ, ਤੇ ਉਹ ਬੇਸਿਕਲੀ ਆਪਦੇ ਆਪ ਨੂੰ ਇੱਕ ਸੰਗਤ ਨਾਲੋਂ ਉੱਚੀ ਸ਼ਖਸੀਅਤ ਆਪਣੇ ਆਪ ਨੂੰ ਮੰਨਦਾ,
ਠੀਕ ਤੇ ਉਸ ਵੱਲੋਂ ਕੋਸ਼ਿਸ਼ ਆ ਜਿਹੜੀ ਹਮੇਸ਼ਾ ਪਹਿਲਾਂ ਤੋਂ ਇਹ ਰਹੀ ਹੈ ਕਿ ਪੋਲੀਟੀਕਲੀ ਮਤਲਬ ਕਿਸੇ ਮੁੱਦੇ ਨੂੰ ਆਪਦੇ ਬੈਨੀਫਿਟ ਦੇ ਲਈ ਕਿਸ ਤਰ੍ਹਾਂ ਯੂਜ਼ ਕਰਨਾ ਜੀ। ਜਿਸ ਤਰ੍ਹਾਂ ਉਸਨੇ ਸ਼ੁਰੂਆਤ ਦੇ ਵਿੱਚ ਇੱਕ ਗੱਲ ਸੰਗਤਾਂ ਦੇ ਵਿੱਚ ਆਪਦੇ ਜੋ ਨੇੜਲੇ ਉਸਦੇ ਮਤਲਬ ਸਾਥੀ ਸੀ ਜਾਂ ਉਸਦੇ ਕੋਲ ਇੱਕ ਈਮੇਲ ਡਾਟਾਬੇਸ ਆ ਜਿਸ ਦੇ ਵਿੱਚ ਉਹ ਈਮੇਲ ਡਿਸਟ੍ਰੀਬਿਊਟ ਕਰਦਾ, ਉਸਨੇ ਇਹ ਗੱਲ ਆਖੀ ਸੀ ਕਿ ਇਹ ਫਨੈਟਿਕਸ ਨੇ ਜੋ ਗੁਰਦੁਆਰਾ ਸਾਹਿਬ ਆ ਕੇ ਮਤਲਬ ਇਹੋ ਜਿਹੇ ਕੰਮ ਕਰ ਰਹੇ ਆ ਤੇ ਸਾਡੀ ਜਿਹੜੀ ਉੱਥੇ ਦੀ ਸ਼ਾਂਤੀ ਆ ਉਸਨੂੰ ਭੰਗ ਕਰ ਰਹੇ ਨੇ ਜੀ। ਪਰ ਉਸਦੀ ਸੱਚਾਈ ਇਹ ਆ ਜੀ, ਜੋ 10-12 ਆਪਣੇ ਉੱਥੇ ਮੁੰਡੇ ਜਿਹਨਾਂ ਨੂੰ ਪਹਿਲੇ ਦਿਨ ਉਸਨੇ ਜ਼ਬਰਦਸਤੀ ਉੱਥੇ ਪੁਲਿਸ ਸੱਦ ਕੇ ਉੱਠਣ ਲਈ ਆਖਿਆ ਸੀ, ਉਹਨਾਂ ਦੇ ਵਿੱਚੋਂ 12 ਦੇ ਵਿੱਚੋਂ 10 ਜਾਂ 12 ਐਗਜੈਕਟ ਨੰਬਰ ਮੈਨੂੰ ਪਤਾ ਨਹੀਂ ਹੈ, ਇੱਕ ਵੀ ਮਤਲਬ ਅਨਫੋਰਚੁਨੇਟਲੀ ਕਹਾਂਗੇ ਕਿ ਵੀ ਮਤਲਬ ਕੋਈ ਸਿੰਘ ਇਹੋ ਜਿਹਾ ਨਹੀਂ ਸੀ ਜੋ ਸਾਬਤ ਸਬੂਤ ਵੀ ਹੋਵੇ ਜੀ ਉਹ ਤੇ। ਪਰ ਉਹ ਗੱਲ ਦੇਖੋ ਉਸਨੇ ਕਿਸ ਤਰ੍ਹਾਂ ਘੁਮਾਈ ਉਹਨੂੰ ਆਪਦੇ ਫੇਵਰ ਦੇ ਵਿੱਚ ਕਰਨ ਦੇ ਲਈ, ਗੱਲ ਪਬਲਿਕ ਦੇ ਵਿੱਚ ਇਹ ਕਹਿ ਦਿੱਤੀ ਕਿ ਜੋ ਫਨੈਟਿਕਸ ਨੇ ਜੀ ਇਹ ਸਿੱਖ ਤਾਲਿਬਾਨ ਨੇ ਜੀ ਇਹ ਮਤਲਬ ਆਪਣੀ ਅਡਵਾਈ ਕਰਦੇ ਨੇ ਇਸ ਕਰਕੇ ਸਾਡੇ ਨਾਲ ਆ ਕੇ ਇੱਥੇ ਧੱਕਾ ਕਰਦੇ ਨੇ ਜੀ। ਤੇ ਹਾਲਾਂਕਿ ਗੱਲ ਕੰਪਲੀਟਲੀ ਓਪੋਜ਼ਿਟ ਸੀ ਤੇ ਨਿਊਟਰਲ ਬੰਦੇ ਸੀ, ਕੋਈ ਬੰਦੇ ਸੀ ਕੋਈ ਆਪਾਂ ਕਿਸੇ ਨੂੰ ਇਹ ਗੱਲ ਕਹਿ ਕੇ ਕੋਈ ਤਾਨਾ ਮਿਹਣਾ ਨਹੀਂ ਦੇ ਰਹੇ ਕਿ ਮਤਲਬ ਸਾਫ ਤੌਰ ਕਿਉਂ ਨਹੀਂ ਹਨ ਜੀ। ਬਹੁਤ ਆਤ ਅੱਜ ਦੇ ਸਮੇਂ ਦੇ ਵਿੱਚ ਜੋ ਅਨਫੋਰਚੁਨੇਟਲੀ ਆਪਣੇ ਮਤਲਬ ਸੰਗਤ ਦੇ ਵਿੱਚ ਨਹੀਂ ਸਾਫ ਸੂਰਤ ਹੈਗੇ ਜੀ ਹਨ ਤੇ ਉਹ ਇੱਕ ਵੱਖਰਾ ਵਿਸ਼ਾ ਜੀ। ਜੀ ਆਪਾਂ ਗੱਲ ਮੁੱਦੇ ਦੀ ਕਰਦੇ ਸੀ ਕਿ ਇਸ ਨੂੰ ਮਤਲਬ ਮੈਨੀਪੁਲੇਟ ਕਿਸ ਤਰ੍ਹਾਂ ਕੀਤਾ ਜਾਂਦਾ ਤੇ ਆ ਜੋ ਲੇਟੈਸਟ ਤੁਸੀਂ ਗੱਲ ਕੀਤੀ ਇੱਕ ਗਰੁੱਪ ਆ ਜੀ ਆਸਟ੍ਰੇਲੀਆ ਦੇ ਵਿੱਚ ਸਿੱਖ ਯੂਥ ਆਸਟ੍ਰੇਲੀਆ, ਉਹਨਾਂ ਦੇ ਵਿੱਚ ਵੱਲੋਂ ਇੱਕ ਖਾਲਸਾ ਡੇ ਰੱਖਿਆ ਗਿਆ ਸੀਗਾ ਕੱਲ ਦੇ ਲਈ 14 ਤਰੀਕ ਦੇ ਲਈ, ਤੇ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਜੀ ਜਦੋਂ ਪੁਲਿਸ ਨੇ ਇਹਨਾਂ ਨੂੰ ਅਗਵਾ ਕੀਤਾ ਕਿ ਇੱਥੇ ਪ੍ਰੋਟੈਸਟ ਹੋਲਡ ਹੋ ਰਿਹਾ, ਇਹਨਾਂ ਨੇ ਉਸ ਟਾਈਮ ਤੇ ਇਹ ਜੋ ਆ ਮਤਲਬ ਕੈਂਪੇਨ ਆ ਜਿਹੜਾ ਸ਼ੁਰੂ ਕੀਤਾ ਇਸ ਬੰਦੇ ਨੇ, ਉਹ ਸਿੱਖ ਯੂਥ ਆਸਟ੍ਰੇਲੀਆ ਦੇ ਜੋ ਮੈਂਬਰਸ ਨੇ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਪਹਿਲਾਂ ਨਹੀਂ ਹੋਣੀ ਜੀ ਕਿ ਇਹ ਪ੍ਰੋਟੈਸਟ, ਕਿਉਂਕਿ ਸਾਡਾ ਤਾਂ 2-3 ਹਫ਼ਤੇ ਪਹਿਲਾਂ ਦਾ ਉਹ ਐਪਲੀਕੇਸ਼ਨ ਆ ਜਿਹੜੀ ਉਹ ਲੌਂਚ ਕੀਤੀ ਹੋਈ ਸੀ ਜੀ। ਤੇ ਉਹ ਹੁਣ ਕਮਾਲ ਦੀ ਗੱਲ ਇਹ ਦੇਖੋ ਵੀ ਇੱਕ ਪਾਸੇ ਤਾਂ ਮੈਨੀਪੂਲੇਸ਼ਨ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਵੀ ਇੱਕ ਪਾਸੇ ਤਾਂ ਖਾਲਸਿਆਂ ਨੂੰ ਗੁਰੂ ਘਰ ਦੇ ਵਿੱਚ ਅੰਦਰ ਆਉਣ ਤੋਂ ਮਨਾਹੀ ਆ ਜੀ, ਦੂਸਰੇ ਪੱਖ ਤੇ ਖਾਲਸਾ ਡੇ 9 ਦੇ ਉੱਪਰ ਇੱਕ ਬੱਚਿਆਂ ਦਾ ਮਤਲਬ ਡੇ ਰੱਖਿਆ ਜਾਂਦਾ ਜੀ ਔਰ ਉੱਪਰ ਲਿਖਿਆ ਜਾਂਦਾ ਆਰਗੇਨਾਈਜ਼ਡ ਬਾਏ ਹੋਸਟਲ ਗੁਰਦੁਆਰਾ, ਤੇ ਇੱਕ ਪਾਸੇ ਤਾਂ ਪੁਲਿਸ ਨੂੰ ਰੇਡੀਓ ਦੇ ਵਿੱਚ ਵੀ ਇਹ ਗੱਲ ਜਿਤਾਈ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਹੈ ਪਰ ਵੈਸੇ ਤੁਸੀਂ ਉੱਥੇ ਆਓ ਸਾਰੇ ਵੈਲਕਮ ਹੋ ਜੀ, ਪਰ ਦੂਸਰੇ ਪੱਖ ਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਜੋ ਸਾਡੇ ਅਗੇਂਸਟ ਪ੍ਰੋਟੈਸਟ ਲੋਕ ਕਰਦੇ ਨੇ ਉਹ ਪਿੱਛੇ ਹਟਦੇ ਜਾ ਰਹੇ ਨੇ ਤੇ ਉਹ ਵਾਪਸ ਆਪਣੀ ਉਹ ਉਸ ਵੀ ਪਹਿਲਾਂ ਵਾਲੀਆਂ ਹਰਕਤਾਂ ਦੇ ਉੱਪਰ ਆ ਗਏ ਜੀ, ਹੋਸਟਲ ਗੁਰਦੁਆਰਾ ਵੀ ਆਖਿਆ ਔਰ ਖਾਲਸਾ ਡੇ ਮਤਲਬ ਮਨਾਉਣ ਦੀ ਇੱਕ ਤਰ੍ਹਾਂ ਨਾਲ ਮਤਲਬ ਪਬਲਿਸਿਟੀ ਕੀਤੀ ਗਈ ਲੋਕਾਂ ਦੇ ਵਿੱਚ ਕਿ ਦੇਖੋ ਅਸੀਂ ਮਤਲਬ ਸਿੱਖੀ ਪ੍ਰਤੀ ਕਿੰਨੇ ਜਾਗਰੂਕ ਹਾਂ ਔਰ ਕਿੰਨੀ ਸੇਵਾ ਕਰਦੇ ਹਾਂ ਜੀ, ਮਤਲਬ ਢੰਗ ਤਰੀਕੇ ਮਤਲਬ ਹੋਰ ਵੀ ਕਾਫੀ ਜੋ ਉੱਥੇ ਹੁਣ ਤੱਕ ਹੋਇਆ ਉਹ ਅਸੀਂ ਪਬਲਿਕਲੀ ਨਹੀਂ ਦੱਸਿਆ, ਉਹ ਕੱਲ ਨੂੰ ਸਭ ਜੋ ਗੱਲਾਂ ਨੇ ਅਸੀਂ ਪ੍ਰੂਫ ਦੇ ਨਾਲ ਪ੍ਰੋਟੈਸਟ ਦੇ ਵਿੱਚ ਸੰਗਤਾਂ ਦੇ ਅੱਗੇ ਰੱਖਾਂਗੇ ਤਾਂ ਕਿ ਮਤਲਬ ਕੋਈ ਇਹੋ ਜਿਹੀ ਗੱਲ ਆ ਜਿਹੜੀ ਨਾ ਹੋਵੇ ਕਿ ਕੱਲ ਨੂੰ ਮਤਲਬ ਕੋਈ ਮਿਸ ਅੰਡਰਸਟੈਂਡਿੰਗ ਕਰਕੇ ਜੋ ਪ੍ਰੋਟੈਸਟਰਸ ਨੇ ਉੱਥੇ ਦੇ ਆਮ ਕਰਕੇ ਪ੍ਰੋਟੈਸਟ ਜੋ ਬੰਦਾ ਕਰ ਰਿਹਾ ਅੱਜ ਕੱਲ ਆਪਣੇ ਇੱਥੇ ਸਿਡਨੀ ਦੇ ਵਿੱਚ ਵੀ ਪਹਿਲਾਂ ਹੋਇਆ ਗਲੈਨਵੁੱਡ ਗੁਰੂ ਘਰ ਜਦੋਂ ਆਪਣੇ ਭਾਈ ਸਾਹਿਬ ਢੱਡਰੀਆਂ ਵਾਲੇ ਆਏ ਨੇ ਤੇ ਉਹ ਹੁਣ ਇੱਕ ਸੰਗਤ ਦੇ ਵਿੱਚ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਬਣੀ ਹੋਈ ਹੈ ਕਿ ਜਦੋਂ ਪ੍ਰੋਟੈਸਟ ਦਾ ਨਾਮ ਲਿਆ ਜਾਂਦਾ ਵੀ ਇਹ ਇੱਕ ਕੋਈ ਵਾਇਲੈਂਟ ਤਰੀਕੇ ਨਾਲ ਕੋਈ ਪ੍ਰਦਰਸ਼ਨ ਕਰਨ ਜਾ ਰਹੇ ਨੇ, ਹਾਲਾਂਕਿ ਇੱਕ ਬਹੁਤ ਪੀਸਫੁਲ ਪ੍ਰੋਟੈਸਟ ਹੈ ਜੀ, ਸਾਰੀ ਫੈਮਿਲੀਜ਼ ਵੈਲਕਮ ਨੇ, ਪੁਲਿਸ ਦੀ ਪ੍ਰੈਜੈਂਸ ਆ ਜਿਹੜੀ ਪ੍ਰੋਟੈਸਟ ਤੋਂ ਪਹਿਲਾਂ ਉੱਥੇ ਹੋਵੇਗੀ ਤੇ ਕੀਰਤਨ ਦਾ ਜਿਹੜਾ ਮਤਲਬ ਹੈ ਜੀ ਪ੍ਰੋਗਰਾਮ ਉਹ ਵੀ ਕੱਲ ਨੂੰ ਉੱਥੇ ਰੱਖਿਆ ਹੋਇਆ ਤੇ ਬਾਕੀ ਸਪੀਚਿਸ ਨੇ ਜੋ ਇਸ ਮੁੱਦੇ ਦੇ ਬਾਰੇ ਜੋ ਚੱਲੀਆਂ ਨੇ ਜੋ ਹੋਰ ਇਹਨਾਂ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਜੋ ਹਥਕੰਡੇ ਵਰਤੇ ਗਏ ਦੇ ਲਈ ਸੰਗਤਾਂ ਨੂੰ ਔਰ ਬੈਨ ਕੀਤਾ ਗਿਆ ਜੀ, ਹੁਣ ਤਾਂ ਬਹੁਤ ਜ਼ਿਆਦਾ ਉੱਥੇ ਜਿਹੜੀ ਬਹੁਤਾਤ ਅੱਗੇ ਆਈ ਸੀ ਸੰਗਤ ਇਸ ਮੁੱਦੇ ਦੇ ਨਾਲ
ਉਹਨਾਂ ਨੂੰ ਲੈਟਰਸ ਨੇ ਜਿਹੜੀਆਂ ਘਰੋ ਘਰ ਪਹੁੰਚਾ ਦਿੱਤੀਆਂ ਗਈਆਂ ਨੇ ਕਿ ਤੁਸੀਂ ਗੁਰੂ ਘਰ ਤਾਂ ਖੈਰ ਉਹ ਮੰਨਦੇ ਨਹੀਂ ਕਿ ਤੁਸੀਂ ਇਸ ਪ੍ਰੋਪਰਟੀ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਜੀ। ਹੁਣ ਜਿਹੜਾ ਤੁਹਾਨੂੰ ਪੁਲਿਸ ਨੇ ਇੱਥੇ ਪਰਮਿਸ਼ਨ ਦਿੱਤੀ ਹੋਈ ਆ ਅੱਜ ਦੇ ਪ੍ਰੋਟੈਸਟ ਦੀ, ਇਹ ਪਰਮਿਸ਼ਨ ਲੈਣ ਦੀ ਵੀ ਤੁਹਾਨੂੰ ਕੀ ਕਾਫੀ ਮੁਸ਼ਕਲ ਆਈ, ਜਦਕਿ ਇੱਕ ਮੂਲ ਅਧਿਕਾਰ ਆ ਆਸਟ੍ਰੇਲੀਆ ਦੇ ਲੋਕਾਂ ਦਾ? ਹਾਂਜੀ, ਪ੍ਰੋਟੈਸਟ ਦੇ ਵਿੱਚ ਜ਼ਰੂਰ ਸਾਨੂੰ ਐਕਚੁਅਲੀ, ਕਿਉਂਕਿ ਮੈਂ ਪਰਸਨਲੀ ਕੋਈ ਕਿਸੇ ਇਹੋ ਜਿਹੇ ਪ੍ਰੋਟੈਸਟ ਦੇ ਵਿੱਚ ਪਹਿਲਾਂ ਨਹੀਂ ਇਨਵੋਲਵ ਹੋਇਆ, ਐਜ਼ ਏ ਤੁਸੀਂ ਫੋਰ ਫਰੰਟ ਤੇ ਕਹਿ ਲਓ ਨਹੀਂ ਇਨਵੋਲਵ ਹੋਇਆ ਜੀ। ਤੇ ਜਿੰਨੀ ਸਾਨੂੰ ਜਾਣਕਾਰੀ ਮਿਲੀ ਸੀ ਕਿ ਸਿਰਫ ਇੱਕ ਫਾਰਮ ਜੋ ਹੈ ਪਬਲਿਕ ਗੈਦਰਿੰਗ ਦਾ, ਉਹ ਲੌਜ ਕਰਨਾ ਹੁੰਦਾ, ਤੇ ਉਹ ਲੌ ਐਸ ਸੂਨ ਐਸ ਯੂ ਲੌਜ ਇਟ ਤੇ ਤੁਸੀਂ ਆਪਣਾ ਜੋ ਪ੍ਰੋਟੈਸਟ ਹੈ ਜਾਂ ਗੈਦਰਿੰਗ ਹੈ ਉਹ ਕਰ ਸਕਦੇ ਹੋ ਜੀ। ਤੇ ਅਸੀਂ ਮਤਲਬ ਪਹਿਲਾਂ ਤਾਂ ਇਸ ਤਰ੍ਹਾਂ ਫਾਰਮ ਆ ਜਿਹੜੇ ਸਬਮਿਟ ਕਰਦੇ ਰਹੇ, ਜੋ ਪਹਿਲੇ ਕੁਛ ਹਫ਼ਤੇ ਸੀ ਉੱਥੇ ਜਾਣ ਦੇ ਲਈ ਅਸੀਂ ਮਤਲਬ ਫਿਜ਼ੀਕਲੀ ਜਿਹੜਾ ਫਾਰਮ ਸੀ ਉਹ ਲੌਜ ਕੀਤਾ ਜੀ, ਪਰ ਉਹ ਸਾਨੂੰ ਪੁਲਿਸ ਦੇ ਕੋਲ ਵੀ, ਜੋ ਅਨਫੋਰਚੁਨੇਟਲੀ ਸਬਰਬਨ ਇੱਕ ਪੁਲਿਸ ਸਟੇਸ਼ਨ ਹੈ ਉੱਥੇ ਕੋਈ ਇਹੋ ਜਿਹੀ ਕੋਈ ਪ੍ਰੋਟੈਸਟ ਵਗੈਰਾ ਦੇ ਸ਼ਾਇਦ ਮਤਲਬ ਜਿਹੜੀ ਕਾਰਵਾਈ ਕੋਈ ਨਹੀਂ ਹੁੰਦੀ, ਕਿ ਉਹਨਾਂ ਦੇ ਕੋਲੇ ਵੀ ਪੂਰੀ ਇਨਫੋਰਮੇਸ਼ਨ ਨਹੀਂ ਸੀ ਜੀ ਇਸ ਦੀ ਜੋ ਪ੍ਰੋਸੈਸ ਆ ਉਹ ਕੀ ਆ। ਹਾਂਜੀ, ਤੇ ਫਿਰ ਸਾਨੂੰ ਉੱਥੇ ਦੇ ਸਰਜੈਂਟ ਸੀ ਜੋ ਉਹਨਾਂ ਨੇ ਦੱਸਿਆ ਕਿ ਤੁਹਾਨੂੰ 7 ਬਿਜ਼ਨਸ ਡੇਜ਼ ਚਾਹੀਦੇ ਆ ਇਸ ਲਈ ਸਾਨੂੰ ਅਪਰੂਵਲ ਲੈਣ ਦੇ ਲਈ। ਫਿਰ ਉਹ ਦੋ ਫਾਰਮ ਸਾਡੇ ਫਿਰ ਮਿਸਪਲੇਸ ਹੋਏ ਜੀ, ਉਹ 7 ਡੇਜ਼ ਵੀ ਨਿਕਲ ਗਏ, ਉਹਨਾਂ ਵੱਲੋਂ ਕੋਈ ਸਾਨੂੰ ਕੰਟੈਕਟ ਨਹੀਂ ਕੀਤਾ ਗਿਆ। ਫਿਰ ਅਸੀਂ ਮਤਲਬ ਥੱਕ ਹਾਰ ਕੇ ਅੱਗੇ ਮਤਲਬ ਉੱਪਰ ਪਹੁੰਚ ਕੀਤੀ, ਜੋ ਇਹਨਾਂ ਦੇ ਐਕਸਟੈਂਡਡ ਆਰਗਨਾਈਜੇਸ਼ਨ ਆ ਜੋ ਪੁਲਿਸ ਦੀ ਮਤਲਬ ਕਰਦੀ ਆ, ਠੀਕ ਹੈ ਜੀ, ਮੇਨਟੇਨ ਕਰਦੀ ਆ ਸਟੈਂਡਰਡਸ ਨੂੰ, ਤੇ ਉਹਨਾਂ ਨੇ ਫਿਰ ਮਤਲਬ ਇਨਵੋਲਵ ਹੋ ਕੇ ਸਾਨੂੰ ਮਤਲਬ ਇਹ ਪ੍ਰੋਟੈਸਟ ਦੀ ਹੈ ਜਿਹੜੀ ਲੀਗਲ ਤੌਰ ਤੇ ਪਰਮਿਸ਼ਨ ਜਿਹੜੀ ਉਹ ਦਵਾਈ ਹੈ ਜੀ। ਠੀਕ ਠੀਕ, ਸੋ ਕੱਲ ਨੂੰ ਪ੍ਰੋਟੈਸਟ ਦੀ ਤੁਸੀਂ ਜਗ੍ਹਾ ਅਤੇ ਸਥਾਨ ਕਿਹੜਾ, ਜਗ੍ਹਾ ਤਾਂ ਪਤਾ ਹੀ ਹੋਸਟਲ ਗੁਰਦੁਆਰਾ ਸਾਹਿਬ ਦੇ ਉਹਦੇ ਸਾਹਮਣੇ, ਤੇ ਕਿਹੜਾ ਸਮਾਂ ਦੱਸ ਸਕਦੇ ਹੋ ਜੀ, ਸੋ ਕਿੱਥੇ ਤੁਸੀਂ ਇਸ ਨੂੰ ਆਰਗੇਨਾਈਜ਼ ਕਰ ਰਹੇ ਹੋ? ਹਾਂਜੀ ਬਿਲਕੁਲ ਜੀ, ਇਹ ਜੋ ਪ੍ਰੋਟੈਸਟ ਹੈ ਜੀ ਬਿਲਕੁਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਓਪੋਜ਼ਿਟ ਹੋਲਡ ਕੀਤਾ ਜਾਣਾ। ਸਟਾਰਟਿੰਗ ਟਾਈਮ ਹੈ ਜੀ 10:30 AM, 10:30 AM ਸਟਾਰਟ ਹੋਣਾ ਤੇ ਕੰਕਲੂਡ ਹੋਏਗਾ ਆਲਮੋਸਟ 1:30 PM ਤੇ ਜੀ। ਠੀਕ ਹੈ ਜੀ, ਇਸ ਦੇ ਵਿੱਚ ਕੱਲ ਦੇ ਜੋ ਮੌਸਮ ਦੇ ਅਸਾਰ ਨੇ ਉਹ ਬਾਰਿਸ਼ ਦੱਸੀ ਗਈ ਹੈ, ਇਸ ਕਰਕੇ ਅਸੀਂ ਸੰਗਤਾਂ ਨੂੰ ਸਭ ਨੂੰ ਬੇਨਤੀ ਕਰਾਂਗੇ ਕਿ ਆਪਣਾ ਨਾਲ ਜੋ ਹੈ ਕੋਈ ਨਾ ਕੋਈ ਪ੍ਰਬੰਧ ਜੋ ਅੰਬ੍ਰੈਲਾ ਦਾ ਜਾਂ ਕੋਈ ਰੇਨਕੋਟ ਦਾ ਜ਼ਰੂਰ ਕਰਕੇ ਆਉਣ। ਠੀਕ ਹੈ ਜੀ, ਕਿਉਂਕਿ ਉਹ ਇੱਕ ਬੇਸਿਕਲੀ ਫੁੱਟਪਾਥ ਹੈ ਓਪੋਜ਼ਿਟ ਸਾਈਡ ਦੇ ਉੱਪਰ, ਉਸ ਉੱਥੇ ਕੋਈ ਜ਼ਿਆਦਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਮਤਲਬ ਕਵਰ ਉਸ ਏਰੀਏ ਨੂੰ ਜੀ ਕੀਏ ਜੀ। ਤੇ ਬਾਕੀ ਉੱਥੇ ਮਾਰਸ਼ਲਸ ਨੇ ਜੀ ਜੋ ਕਮਿਊਨਿਟੀ ਦੇ ਵੀ ਹੋਣਗੇ, ਜੋ ਜੋ ਮਤਲਬ ਡਾਇਰੈਕਟ ਕਰਨਗੇ ਪਬਲਿਕ ਨੂੰ ਕਿ ਕਿਸ ਤਰ੍ਹਾਂ ਕਿੱਥੇ ਪਾਰਕਿੰਗ ਲਾਉਣੀ ਆ ਜਾਂ ਕਿੱਥੇ ਮਤਲਬ ਜਾ ਕੇ ਖਲੋਣਾ ਜਾਂ ਬੈਠਣਾ ਜੀ। ਤੇ ਪੁਲਿਸ ਦੀ ਪ੍ਰੈਜੈਂਸ ਵੀ ਆ ਜਿਹੜੀ ਉਹ ਮਤਲਬ ਪ੍ਰੋਟੈਸਟ ਸ਼ੁਰੂ ਹੋਣ ਤਕਰੀਬਨ 1 ਘੰਟਾ ਪਹਿਲਾਂ ਉੱਥੇ ਸ਼ੁਰੂ ਹੋ ਜਾਵੇਗੀ ਤੇ ਐਂਡ ਤੱਕ ਉਹ ਉੱਥੇ ਰਹਿਣਗੇ। ਬਹੁਤ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਹੈ ਜਿਹੜਾ ਇਹ ਕੰਡਕਟ ਕੀਤਾ ਜਾਣਾ। ਠੀਕ, ਬਹੁਤ ਬਹੁਤ ਧੰਨਵਾਦ ਤੁਹਾਡਾ ਜਸਪ੍ਰੀਤ ਸਿੰਘ ਜੀ, ਇਸ ਖਬਰ ਦੇ ਉੱਤੇ ਸਾਨੂੰ ਆਪਣੇ ਇਸ ਮੁੱਦੇ ਦੇ ਉੱਤੇ ਅਪਡੇਟ ਕਰਨ ਦੇ ਲਈ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ। ਹਾਂਜੀ, ਧੰਨਵਾਦ ਜੀ ਭਾਈ ਸਾਹਿਬ, ਬਹੁਤ ਬਹੁਤ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਸਰੋਤਿਓ ਜਸਪ੍ਰੀਤ ਸਿੰਘ, ਕਾਫੀ ਸਮੇਂ ਤੋਂ ਨੌਜਵਾਨਾਂ ਦੇ ਵੱਲੋਂ ਜੋ ਐਨਰਜੀ ਕਿਸੇ ਸਹੀ ਹੋਰ ਪਾਸੇ ਵੱਲ ਪ੍ਰੋਡਕਟਿਵ ਪਾਸੇ ਵੱਲ ਲੱਗਣੀ ਸੀ, ਸੋ ਉਹਨਾਂ ਨੂੰ ਇਸ ਪਾਸੇ ਵੱਲ ਜਾਣਾ ਪੈ ਰਿਹਾ ਹੈ ਕਿਉਂਕਿ ਮਜਬੂਰੀ ਆ ਉਹਨਾਂ ਦੀ ਵੀ, ਕਿਸੇ ਦਾ ਸਮਾਂ ਜਾਂ ਜੀ ਨਹੀਂ ਕਰਦਾ ਹੁੰਦਾ ਕਿ ਉਹ ਇਸ ਪਾਸੇ ਵੱਲ ਤੁਰੇ ਕਿਉਂਕਿ ਮਰਿਆਦਾ ਦਾ ਮਸਲਾ ਹੈ, ਲੰਗਰ ਦੀ ਮਰਿਆਦਾ ਦਾ ਮਸਲਾ ਹੈ। ਨੌਜਵਾਨਾਂ ਨੂੰ ਕੁਝ ਸਮਾਂ ਪਹਿਲਾਂ, ਤਕਰੀਬਨ 3-4 ਮਹੀਨੇ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣ ਤੋਂ ਰੋਕਿਆ ਗਿਆ। ਪੰਗਤ ਜੋ ਸਿਰਫ ਤੇ ਸਿਰਫ ਇੱਕ ਪੋਜੀਸ਼ਨ ਹੀ ਨਹੀਂ ਹੈ, ਬੈਠ ਕੇ ਛਕਣ ਦਾ ਜਿਹੜਾ ਪੋਸਚਰ ਹੀ ਨਹੀਂ ਹੈ, ਉਸ ਪੰਗਤ ਦੇ ਵਿੱਚ ਲੰਗਰ ਛਕਣ ਦਾ ਜਿਹੜਾ ਸਾਡੇ ਕੋਲ ਇਤਿਹਾਸ ਆ ਉਹ ਸਦੀਆਂ ਪੁਰਾਣਾ ਹੈ, ਉਸ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ, ਉਸ ਦੀ ਅਹਿਮੀਅਤ ਸਦਾ ਸਦੀਵੀ ਹੈ, ਉਹ ਊਚ ਨੀਚ ਨੂੰ ਮਾਰਦੀ ਹੈ, ਬੰਦੇ ਦੇ ਹੰਕਾਰ ਨੂੰ ਮਾਰਦੀ ਹੈ, ਬੰਦੇ ਦੇ ਵਿੱਚ ਏਕਾ ਭਾਵ ਪੈਦਾ ਕਰਦੀ ਆ, ਗੁਰੂ ਦੇ ਹੁਕਮ ਨੂੰ ਬਜਾਉਣ ਦਾ
ਅਮਲ ਆ। ਸੋ ਅਨੇਕਾਂ ਹੀ ਚੀਜ਼ਾਂ ਨੇ ਉਸ ਲੰਗਰ ਦੀ ਪੰਗਤ ਦੇ ਵਿੱਚ ਬੈਠ ਕੇ ਛਕਣ ਦੀਆਂ। ਉਸ ਪੰਗਤ ਨੂੰ ਤੋੜਿਆ ਜਾ ਰਿਹਾ ਸੀ, ਨੌਜਵਾਨਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਅਤੇ ਅੱਜ ਜਿਹੜਾ ਵਿਰੋਧ ਆ ਇੱਕ ਪ੍ਰੋਟੈਸਟ ਦਾ ਰੂਪ ਲੈ ਚੁੱਕਿਆ। ਸੋ ਜਸਪ੍ਰੀਤ ਸਿੰਘ ਹੋਰਾਂ ਦੇ ਨਾਲ ਤੁਸੀਂ ਗੱਲਬਾਤ ਸੁਣ ਰਹੇ ਸੀ। ਹੁਣ ਵੇਲਾ ਹੋ ਗਿਆ ਇੱਕ ਨਿੱਕੇ ਜਿਹੇ ਗੀਤ ਦਾ ਜੀ, ਗੀਤ ਤੋਂ ਬਾਅਦ ਫਿਰ ਅਸੀਂ ਹਾਜ਼ਰ ਹੁੰਦੇ ਹਾਂ। ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਹਰਸ਼ਬੀਰ ਹੋਰਾਂ ਦੇ ਨਾਲ। ਹਰਸ਼ਬੀਰ ਸਿੰਘ ਸਾਡੇ ਨਾਲ, ਹਰੀ ਸਿੰਘ ਨਲੂਆ ਯਾਦਗਾਰੀ ਇੱਕ ਕਾਨਫਰੰਸ ਹੋ ਰਹੀ ਹੈ ਮੈਲਬੌਰਨ ਸ਼ਹਿਰ ਦੇ ਵਿੱਚ, ਇਕੱਤਰਤਾ ਹੋ ਰਹੀ ਹੈ ਇੱਕ, ਉਸ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਨਗੇ ਕੁਝ ਕੁ ਸਮੇਂ ਦੇ ਵਿੱਚ। ਸੁਣਦੇ ਇੱਕ ਆਪਾਂ ਹੁਣ ਇੱਕ ਗੀਤ ਜੀ।